ਆ ਸ਼ੁਕਰ ਅੱਲਾ ਦਾ। ਕਿਵੇਂ ਫਿਰ? ਬਾ ਬੈਠੇ ਆ, ਵਿਹਲੇ ਹੈਗੇ ਆ। ਕੋਈ ਕੰਮ ਕਾਰ ਨਹੀਂ? ਕੋਈ ਕੰਮ ਕਾਰ ਨਹੀਂ। ਲੰਬੜਦਾਰਾ, ਹਾਂਜੀ, ਦਾਦਾ ਹਾਲਾਤ ਬਹੁਤ ਖਰਾਬ ਨੇ ਅੱਜ ਕੱਲ, ਤੇ ਕੋਈ ਸ਼ਿਕਾਰ ਲੱਭੀਏ। ਤੇ ਸ਼ਿਕਾਰ ਲੱਭ ਲੈਨੇ ਆ, ਆਪਣੇ ਕੋਲ ਭੁੱਖੇ ਬਿਮਾਰ ਜਾਂ ਹੁੰਦੇ ਆ, ਕੋਈ ਟੈਨਸ਼ਨ ਆ। ਹਾਂ, ਭੁੱਖੇ ਬਿਮਾਰ ਕੋਈ ਹੈ ਸ਼ਿਕਾਰ? ਕੋਈ ਪਲਾਨ ਹੈ ਤੇ ਦੱਸ ਯਾਰ। ਪਲਾਨ ਤਾਂ ਬਾਈ ਇੱਕ ਹੈ। ਕੀ ਪਲਾਨ ਆ ਦੱਸ ਯਾਰ। ਫੇ ਹੁਣ ਇਹ ਕਰਨਾ ਕਿਦੋਂ? ਕਾਹਨੂੰ ਕਰਦੇ ਆ ਫਿਰ ਆਪਾਂ? ਹੈ ਚਲੋ ਫੇ ਠੀਕ ਹੋ ਗਿਆ। ਠੀਕ ਹੋ ਗਿਆ, ਚਲੋ ਠੀਕ ਹੋ ਗਿਆ, ਡਨ ਹੋ ਗਿਆ। ਯਾਰ ਆ ਭੁੱਖਾ ਬਦਮਾਸ਼ ਹੀ ਨਹੀਂ ਆਇਆ, ਕਿੱਥੇ ਰਹਿ ਗਿਆ? ਉਹਨੂੰ ਕਾਲ ਕਰ, ਆਪਾਂ ਨੂੰ ਗੇੜਾ ਨਹੀਂ ਦੇ ਰਿਹਾ। ਉਹਨੂੰ ਫੋਨ ਕਰਕੇ ਦੇਖ ਲਿਆ। ਆ ਲੈ ਆ ਜਾ, ਇੰਨੀ ਦੇਰ ਕਿੱਥੇ ਰਹਿ ਗਿਆ ਭੁੱਖਿਆ ਤੂੰ? ਯਾਰ ਪਲਾਨ ਵਾਸਤੇ ਟਾਈਮ ਤਾਂ ਫਿਰ ਲੱਗਦਾ। ਹੁਣ ਤਿਆਰ ਆ ਤੁਸੀਂ? ਹਾਂ ਤੇ ਤਿਆਰ ਆ, ਤੇਰਾ ਇੰਤਜ਼ਾਰ। ਹਾਂ ਮੈਂ ਸਾਦੇ ਕੀ ਪਲਾਨ ਆ ਫਿਰ? ਸਮਝਾ ਸਾਨੂੰ ਕੀ ਪਲਾਨ ਲਿਆ ਬਣਾ ਕੇ। ਪਲਾਨ ਸ਼ੁਰੂ ਆ, ਤਿਆਰ ਹੋ ਗਿਆ। ਅੱਛਾ, ਇੱਥੇ ਦਵਾਈ ਸ਼ਵਾਈ ਲੱਗ ਗਈ ਆ। ਅੱਛਾ, ਇਹ ਰਸਤੇ 'ਚ ਆਪਾਂ ਰੱਖਣਾ ਵਾ। ਅੱਛਾ, ਜਿਹੜਾ ਬੱਚਿਆਂ ਨੂੰ ਸੁੰਘੇਗਾ ਚੱਕੇਗਾ ਉਹ ਬੇਹੋਸ਼ ਹੋ ਜਾਏਗਾ। ਅੱਛਾ, ਸ਼ਿਰਾ ਇਹਨੂੰ ਲੈ ਜਾ ਤੇ ਉਹਨੂੰ ਰਸਤੇ 'ਚ ਰੱਖ। ਠੀਕ ਹੋ ਗਿਆ। ਮੇਰਾ ਕੈਸ ਪਾਗਲ ਨੇ ਥੱਲੇ ਸਪਾਰਾ ਰੱਖੀ ਹੋਇਆ ਯਾਰ। ਸਾਡੇ ਮੁੰਡੇ ਦਾ ਹੀ ਮੁੰਡਾ ਮੁੰਡਾ ਸਾਡੇ ਮੁੰਡੇ ਦਾ ਹੀ ਯਾਰ। ਹਲੋ ਸਾਹਿਬ, ਕਿਸੇ ਮੋਟਰ ਤੇ ਲੈ ਕੇ ਸਾਡੇ ਮੁੰਡੇ ਦਾ ਮੁੰਡਾ ਇੱਕ ਬੇਹੋਸ਼ ਹੋ ਗਿਆ। ਆਪੇ ਦੀ ਆ ਚੱਕੋ ਚੱਕੋ ਉਹ ਮੋਟਰ ਤੇ ਬਾ 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 ਮੁੰਡਾ ਅੱਜ ਸਵੇਰ ਦਾ ਨਾ ਘਰੇ ਨਹੀਂ ਆਇਆ। ਵਾਰਾ ਕਰਦੀ ਬੜੀ ਕਰਨ ਲੱਗ ਪਿਆ। ਰੋਜ਼ਾਨਾ ਸ਼ਾਮ ਨੂੰ ਸਮਝਾਉਂਦਾ ਵਾ, ਪੁੱਛਦਾ ਉਹਦੇ ਕੋਲ ਕਿੱਥੇ ਹੈ, ਨੰਬਰ ਹੀ ਉਹਦਾ ਬੰਦ ਜਾਣ ਲਿਆ ਵਾ। ਫਿਰ ਟਰਾਈ ਕਰਦਾ, ਫਿਰ ਉਹਦਾ ਨੰਬਰ ਬੰਦ ਜਾਣ ਲਿਆ। ਪਤਾ ਨਹੀਂ ਕਿੱਥੇ ਦਫਾ ਹੋਣ, ਜੇ ਟਾਈਮ ਨਾ ਹੋਣ ਮੈਂ ਰੋਜ਼ਾਨਾ ਕਹਿੰਦਾ ਘਰੇ ਆ ਜਾ ਕਰ। ਤਾਜੀ ਮੋਬਾਈਲ ਤਾਂ ਬੰਦ ਹੋਇਆ ਪਿਆ, ਆਨ ਕਰ। ਹੋ ਗਿਆ ਆਨ। ਮੈਂ ਇਹਦਾ ਨੰਬਰ ਲੱਭ ਪੁੱਛੋ ਤੇ ਬੇਬੇ ਮਾਂ ਪਿਓ ਦਾ ਕੋਈ ਆ ਲੱਭ ਗਿਆ। ਆਪੂ ਜੀ ਲਿਖਿਆ ਇੱਥੇ, ਕਰੀਏ ਕਾਲ। ਹੈਲੋ, ਹਾਂਜੀ, ਤੇਰਾ ਮੁੰਡਾ ਚੱਕ ਲਿਆ ਵਾ ਅਸੀਂ, ਤੇ 5 ਲੱਖ ਰੁਪਇਆ ਲੈ ਤੇ ਅਰੇਂਜਮੈਂਟ ਕਰ ਲੈ ਸ਼ਾਮ ਤੱਕ, ਤੈਨੂੰ ਦੱਸਾਂਗੇ ਕਿੱਥੇ ਲੈ ਕੇ ਆਉਣਾ ਵਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਭੁੱਖੇ ਬਦਮਾਸ਼ ਦਾ ਬੰਦਾ ਬੋਲ ਰਿਹਾ ਵਾ। ਉਹ ਮੈਂ ਤਾਂ ਗਰੀਬ ਆਦਮੀ ਆ, ਮੇਰੇ ਕੋਲ ਮਿਹਨਤ ਮਜ਼ਦੂਰੀ ਕਰਦਾ, ਮੇਰੇ ਕੋਲ ਨਹੀਂ ਹੋਣੇਗੇ। ਸਾਰੇ ਇੱਦਾਂ ਕਹਿੰਦੇ ਆ, ਬਸ ਸ਼ਾਮ ਤੀਕਰ ਕਰ ਲੈ, ਜੇ ਨਾ ਕੀਤੇ ਤੇ ਤੇਰੇ ਮੁੰਡੇ ਦਾ ਗੁਰਦਾ ਭੇਜ ਦੇਣਾ। 5 ਲੱਖ ਦਾ ਗੁਰਦਾ ਵਾ, ਫਿਰ ਤੈਨੂੰ ਲਾਸ਼ ਵੀ ਨਹੀਂ ਲੱਭਣੀ ਉਹਦੀ। ਚੰਗਾ ਅਰੇਂਜਮੈਂਟ ਕਰ ਲੈ। ਮੁੰਡੇ ਨੂੰ ਮੈਂ ਰੋਜ਼ਾਨਾ ਸਮਝਾਉਂਦਾ ਵਾ, ਮੁੰਡਾ ਸ਼ਾਮ ਨੂੰ ਪਤਾ ਨਹੀਂ ਕਿੱਥੇ ਦਫਾ ਹੋਇਆ, ਉਹਦੀ ਇੰਨੀ ਤੋਏ ਲਾਂਤ ਕਰਦਾ ਮੈਂ। ਅਸਲਾਮ ਅਲੈਕੁਮ ਆਲ ਵਿਵਰ, ਅੱਜ ਹਮਨੇ ਇੱਕ ਸਬਕ ਅਮੋਜ਼ ਵੀਡੀਓ ਬਣਾਈ ਹੈ, ਜੋ ਕਿ ਬੱਚੇ ਅਗਵਾਹ ਹੋ ਰਹੇ ਹੈ ਅੱਜ ਕੱਲ੍ਹ, ਔਰ ਹਮਨੇ ਇਸ ਲਈ ਵੀਡੀਓ ਬਣਾਈ ਹੈ ਕਿ ਤਾਂ ਕਿ ਆਪ ਵੀਡੀਓ ਦੇਖੇ ਔਰ ਇਸਸੇ ਸਬਕ ਹਾਸਲ ਕਰੇਂ, ਆਪਣੇ ਬੱਚੋਂ ਕੋ ਵੀ ਬਤਾਏਂ ਔਰ ਆਪਣੇ ਆਸ ਪਾਸ ਜੋ ਲੋਕ ਹੈ ਉਨਕੋ ਵੀ ਬਤਾਏਂ, ਤਾਂ ਕਿ ਵੋ ਵੀ ਇਸ ਫਰਾਡ ਸੇ ਬਚ ਸਕੇਂ। ਵੋ ਕਰਤੇ ਕਿਆ ਹੈ ਕਿ ਇੱਕ ਮੁਕੱਦਸ ਔਰਾਕ ਪਰਨਾ ਦਵਾਈ ਲਗਾ ਕਰ ਰੱਖਤੇ ਹੈ, ਵੋ ਜੋ ਵੀ ਮੁਸਲਮਾਨ ਦੇਖਤਾ ਹੈ ਉਸੇ ਉਠਾ ਕਰ ਚੂਮ ਲੇਤਾ ਹੈ। ਵੋ ਜਬ ਵੀ ਚੂਮਤਾ ਹੈ ਤੋ ਵੋ ਜਿਸੇ ਦਵਾਈ ਜੋ ਹੋਤੀ ਹੈ ਨਾ ਉਸ ਉੱਪਰ ਲਗਾਈ, ਵੋ ਚੜ ਜਾਤੀ ਹੈ, ਵੋ ਗਿਰ ਜਾਤਾ ਹੈ ਨੀਚੇ, ਬੇਹੋਸ਼ ਹੋ ਜਾਤਾ ਹੈ, ਔਰ ਵੋ ਆਤੇ ਹੈ ਆ ਕਰ ਕਹਤੇ ਯੇ ਹਮਾਰਾ ਬੱਚਾ ਹੈ ਯਾ ਇਸ ਤਰ੍ਹਾਂ ਹੈ, ਵੋ ਉਠਾਤੇ ਹੈ ਉਠਾ ਕਰ ਲੇ ਜਾਤੇ ਹੈ, ਇਸ ਤਰ੍ਹਾਂ ਅਗਵਾਹ ਹੋ ਰਹਾ ਹੈ। ਤੋ ਆਪ ਕੋਸ਼ਿਸ਼ ਕਰੇਂ
कि इस स्कैम से बचें। और हमने तो सिर्फ एक किताब इस्तेमाल की थी इसके लिए, लेकिन वो एक कुरान पाक का कोई ना कोई मुकद्दस औराक इस्तेमाल करते हैं। जब भी आपको इस तरह कुरान पाक का कोई मुकद्दस औराक मिले सड़क के आसपास या कहीं भी, उसको उठाकर चूमने की बजाय कोशिश करें उसको अदब एहतराम से उठाएं और किसी मुकद्दस जगह पर रख दें। कर रहे हैं और हमें सपोर्ट करें, हमारे चैनल को सब्सक्राइब करें और लाइक करें।